ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਅਤੇ ਪੇਕ ਮਿਸ਼ਨ ਵਿਚਲੀਆਂ ਤਰੁੱਟੀਆਂ ਦੂਰ ਕਰਨ ਲਈ ETT ਅਧਿਆਪਕ ਯੂਨੀਅਨ ਪੰਜਾਬ ਦੇ ਸੱਦੇ 'ਤੇ ਅੱਜ ਪੰਜਾਬ ਭਰ ਵਿੱਚ ਜ਼ਿਲ੍ਹਾ ਪੱਧਰੀ ਰੋਸ ਮੁਜ਼ਾਹਰੇ ਕੀਤੇ ਗਏ। ਕਪੂਰਥਲਾ ਜ਼ਿਲ੍ਹੇ ਵਿੱਚ ਵੀ ਜਥੇਬੰਦੀ ਦੇ ਕਾਰਜਕਾਰੀ ਪੰਜਾਬ ਪ੍ਰਧਾਨ ਸਰਦਾਰ ਰਸ਼ਪਾਲ ਸਿੰਘ ਵੜੈਚ ਦੀ ਅਗਵਾਈ ਹੇਠ ਜ਼ਿਲ੍ਹੇ ਭਰ ਦੇ ਅਧਿਆਪਕਾਂ ਅਤੇ ਵੱਲੋਂ ਸ਼ਾਲਾਮਾਰ ਬਾਗ ਵਿੱਚ ਇਕੱਤਰ ਹੋ ਕੇ ਪੰਜਾਬ ਸਰਕਾਰ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ ਅਤੇ ਆਪਣੀਆਂ ਮੰਗਾਂ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਨਾਇਬ ਤਹਿਸੀਲਦਾਰ ਨੂੰ ਧਰਨਾ ਸਥਲ 'ਤੇ ਮੰਗ ਪੱਤਰ ਦਿੱਤਾ। ਇਸ ਮੌਕੇ 'ਤੇ ਸੰਬੋਧਨ ਕਰਦਿਆਂ ਸਰਦਾਰ ਵੜੈਚ ਨੇ ਕਿਹਾ ਕਿ ਜਥੇਬੰਦੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਆਪਣੀ ਇੱਕੋ ਇੱਕ ਮੰਗ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਸੂਬੇ ਵਿੱਚ ਇੱਕ ਲਹਿਰ ਚਲਾਈ ਜਾ ਰਹੀ ਹੈ। ਇਹ ਸਕੀਮ ਭਾਵੇਂ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੀ ਗਈ ਸੀ ਪਰ ਇਸ ਸਕੀਮ ਨੂੰ ਲਾਗੂ ਰੱਖਣਾ ਜਾਂ ਨਾ ਰੱਖਣਾ ਸੂਬਾ ਸਰਕਾਰ ਦੇ ਦਾਇਰੇ ਵਿੱਚ ਆਉਂਦਾ ਹੈ। ਇਸ ਪ੍ਰੋਗਰਾਮ ਦੇ ਵਿੱਚ ਜ਼ਿਲ੍ਹਾ ਜਨਰਲ ਸਕੱਤਰ ਗੁਰਮੇਜ ਸਿੰਘ ਤਲਵੰਡੀ, ਸਰਪ੍ਰਸਤ ਇੰਦਰਜੀਤ ਸਿੰਘ ਥਿੰਦ, ਦਲਜੀਤ ਸਿੰਘ ਸੈਣੀ, ਐਲੀਮੈਂਟਰੀ ਟੀਚਰ ਯੂਨੀਅਨ ਦੇ ਸੂਬਾਈ ਆਗੂ ਰਵੀ ਵਾਹੀ, ਮਾਸਟਰ ਕਾਡਰ ਦੇ ਸੂਬਾਈ ਆਗੂ ਰਣਜੀਤ ਸਿੰਘ ਵਿਰਕ, ਸੰਦੀਪ ਕੁਮਾਰ, ਨਰੇਸ਼ ਕੋਹਲੀ, ਅਪਿੰਦਰ ਸਿੰਘ, ਬਲਾਕ ਪ੍ਰਧਾਨ ਸੁਲਤਾਨਪੁਰ ਲੋਧੀ, ਸੁਖਵਿੰਦਰ ਸਿੰਘ ਕਾਲੇਵਾਲ, ਬਲਾਕ ਪ੍ਰਧਾਨ ਸ਼ਿੰਦਰ ਸਿੰਘ, ਬਲਾਕ ਕਪੂਰਥਲਾ 1 ਦੇ ਪ੍ਰਧਾਨ ਸਤਵਿੰਦਰ ਕੌਰ, ਬਲਾਕ ਪ੍ਰਧਾਨ ਕਪੂਰਥਲਾ 2 ਲਕਸ਼ਦੀਪ ਸ਼ਰਮਾ, ਬਲਾਕ ਪ੍ਰਧਾਨ ਪਲੱਥ ਗੁਰਦੇਵ ਸਿੰਘ ਬਾਗੜੀਆਂ, ਬਲਾਕ ਪ੍ਰਧਾਨ ਕਪੂਰਥਲਾ 3 ਸੁਖਦੇਵ ਸਿੰਘ, ਜ਼ਿਲ੍ਹਾ ਕਮੇਟੀ ਮੈਂਬਰ ਕਰਮਜੀਤ ਗਿੱਲ, ਨਵਨੀਤ ਜੰਮੂ, ਦਲਜੀਤ ਕੌਰ ਸੰਧੇ, ਮੈਡਮ ਸਤਵਿੰਦਰ ਕੌਰ, ਬਲਜੀਤ ਕੌਰ, ਮੀਨੂ ਰਾਣੀ, ਸੁਮਨ ਕੁਮਾਰੀ, ਮੁਨੰਦਾ ਇਸ਼ਰ, ਪਰਮਜੀਤ ਕੌਰ, ਦੀਪਕ ਕੁਮਾਰ, MP ਸਿੰਘ, ਅਵਤਾਰ ਸਿੰਘ ਹੈਬਤਪੁਰ, ਪਰਮਿੰਦਰ ਸਿੰਘ ਸੈਦਪੁਰ, ਗੁਰਪ੍ਰੀਤ ਸਿੰਘ ਮੰਗੂਪੁਰ, ਲਖਵਿੰਦਰ ਸਿੰਘ ਟਿੱਬਾ, ਗੁਰਜੀਤ ਸਿੰਘ ਗੋਪੀਪੁਰ, ਕਰਮਜੀਤ ਗਿੱਲ, ਪੰਕਜ ਮਰਵਾਹਾ, ਹਰਵਿੰਦਰ ਸਿੰਘ, ਜਗਜੀਤ ਸਿੰਘ ਆਦਿ ਹਾਜ਼ਰ ਸਨ। ਪੰਜਾਬ ਨਿਊਜ਼ ਚੈਨਲ ਲਈ ਕਪੂਰਥਲਾ ਤੋਂ ਰਾਜਾ ਦੀ ਰਿਪੋਰਟ। ਹੁਣ ਮੈਂ ਬੇਨਤੀ ਕਰੂੰਗਾ ਮਾਸਟਰ ਬਿਲਡਰ ਯੂਨੀਅਨ ਤੋਂ ਸਾਡੇ ਵਿੱਚ ਪਹੁੰਚੇ ਨੇ, ਇਸ ਧਰਨੇ ਵਿੱਚ ਪਹੁੰਚੇ ਹੋ, ਤੁਹਾਡੀ ਏਕਤਾ ਸਮੂਹਤਾ ਸਾਨੂੰ ਮਜ਼ਬੂਰ ਹੋਣਾ ਪੈ ਰਿਹਾ ਇਸ ਵਕਤ ਜੋ ਹਾਲਾਤ ਮੁਲਾਜ਼ਮਾਂ ਦੀ ਇਸ ਗੰਦੀ ਸਰਕਾਰ ਨੇ ਝੂਠੀ ਸਰਕਾਰ ਨੇ ਕਰ ਦਿੱਤੇ ਆ। ਚੰਡੀਗੜ੍ਹ ਮੋਹਾਲੀ ਦੇਖੋ, ਹਰ ਪਾਸੇ ਅਧਿਆਪਕਾਂ ਦੇ ਡੰਡੇ ਪੈ ਰਹੇ ਆ, ਕੱਚੇ ਮੁਲਾਜ਼ਮ ਅੱਜ ਵੀ ਧਰਨਾ ਦੇ ਰਹੇ ਆ। ਕਿਸਾਨ ਪਿਛਲੇ 7 ਮਹੀਨਿਆਂ ਤੋਂ ਧਰਨਿਆਂ ਤੇ ਬੈਠੇ ਆ, ਪਰ ਇਹ ਗੂੰਗੀ ਪੈਰੀ ਸਰਕਾਰ ਹੋ ਗਈ ਹੈ, ਐਡੀ ਨਿਕੰਮੀ ਸਰਕਾਰ ਅੱਜ ਤੱਕ ਇਤਿਹਾਸ ਵਿੱਚ ਨਹੀਂ ਦੇਖੀ, ਜਿਹਨਾਂ ਨੂੰ ਨਜ਼ਰ ਹੀ ਕੁਛ ਨਹੀਂ ਆ ਰਿਹਾ। ਰਾਜੇ ਮਹਿਲਾਂ 'ਚ ਬੈਠੇ ਆ, AC ਛੱਡ ਕੇ ਡਿਸੀਜਨ ਲਈ ਜਾ ਰਿਹਾ ਹੈ, ਇੱਕ ਮੰਗ ਤੱਕ ਨਹੀਂ ਮੰਨੀ ਆ, ਪੁੱਛ ਨਹੀਂ ਰਹੇ ਆ ਕੇ ਕੋਈ ਲੀਡਰ ਕਿ ਤੁਹਾਡਾ ਫੋਨ ਵੀ ਦਿੱਤੇ ਕਿਸ਼ਨ ਕੁਮਾਰ ਜੀ ਨੂੰ, ਇਹ ਘਰ ਤੋਂ ਘਰ ਜਾ ਕੇ ਜੂਸ ਦਾ ਬੁਲਾਵੇ, ਨੌਕਰੀ ਨਾ ਦਿਓ ਉਹਨੂੰ, ਉਹਦੀ ਵਰਦੀ ਦਿਵਾ ਕੇ ਮਾਰੇ ਮਰਦ ਕਿਤੇ ਬੰਦਾ ਚੱਲ ਵਸੇ, ਪਰ ਇਹ ਬਿਸ਼ਰਮ ਹੋ ਗਿਆ, ਇਹਨਾਂ ਨੂੰ ਕੋਈ ਅਸਰ ਨਹੀਂ, ਇਹਨਾਂ ਨੂੰ ਸੁਣਵਾਉਣ ਲਈ ਆਪਾਂ ਨੂੰ ਧਰਨੇ ਪ੍ਰਦਰਸ਼ਨ ਲਗਾਤਾਰ ਜਾਰੀ ਰੱਖਣਾ। ਮੇਰੀ ਇੱਕ ਵਾਰ ਫਿਰ ਆ ਗਿਆ ਜੇਲ੍ਹ ਦੇ ਵਿੱਚ ਵੀ, ਜਿਹੜੀ ਉਹਦੀ ਬਿਮਾਰੀ ਦਾ ਮੌਤ ਹੋ ਗਈ, ਉਹਦੇ ਕਹਿਣ ਦੇ ਬਾਵਜੂਦ ਵੀ ਜਿਹੜਾ ਉਹਦਾ ਇਲਾਜ ਨਹੀਂ ਕਰਾਇਆ ਗਿਆ। ਇਸ ਤਰ੍ਹਾਂ ਦੇ ਹਾਲਾਤ ਜਦੋਂ ਸਾਡੇ ਦੇਸ਼ ਦੇ ਹੋ ਜਾਣ ਤੇ ਕਿਸੇ ਵੀ ਹੁਕਮਰਾਨ ਤੋਂ ਕਿਸੇ ਵੀ ਤਰ੍ਹਾਂ ਦੀ ਆਸ ਰੱਖਣੀ ਜਿਹੜੀ ਆ ਉਹ ਕੋਈ ਵਾਜਬ ਨਹੀਂ ਲੱਗਦੀ। ਫਿਰ ਵੀ ਲੜਨ ਵਾਲੇ ਲੋਕ ਜਿਹੜੇ ਆ ਉਹਨਾਂ ਨੇ ਆਪਣਾ ਫਰਜ਼ ਨਿਭਾਉਣਾ, ਲੜਦੇ ਰਹਿਣਾ। ਮੇਰੀ ਇੱਕ ਹੋਰ ਬੇਨਤੀ ਆ ਅਧਿਆਪਕ ਵੀਰਾਂ ਤੇ ਭੈਣਾਂ ਨੂੰ, ਇੱਕ ਆਪਾਂ ਜਿਹੜੀ ਆ ਪ੍ਰਸ਼ੰਸਾ ਪੱਤਰਾਂ ਦੀ ਖੇਡ 'ਚ ਪਏ ਆ ਨਾ, ਬਾਕੀ ਡਿਪਾਰਟਮੈਂਟ ਦੇ ਮੈਂ ਲੈ ਲੈਣਾ ਹੁੰਦਾ, ਟੀਚਰਾਂ ਨੂੰ ਨਹੀਂ ਲੈ ਸਕਦਾ। ਵੀਰਾਂ ਨੂੰ ਬੇਨਤੀ ਆ ਕੇ ਇੱਥੇ ਆ ਜਾਓ, ਪੇ ਕਮਿਸ਼ਨ ਲਾਗੂ ਕਰੋ, ਪੁਰਾਣੀ ਪੈਨਸ਼ਨ ਬਹਾਲ ਕਰੋ।
ਕਹੀ ਸ਼ਾਇਨ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ 2.25 ਫਾਰਮੂਲਾ ਰੱਦ ਕਰੋ ਪੰਜਾਬ ਸਰਕਾਰ ਮੁਰਦਾਬਾਦ 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 ਵਿੱਤ ਮੰਤਰੀ ਮੁਰਦਾਬਾਦ 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 ਵਿੱਤ ਮੰਤਰੀ ਮੁਰਦਾਬਾਦ ਮੁਰਦਾਬਾਦ ਸਭ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਵਿੱਚ आए हुए साडे वख-वख जथेबंदियां दे आगू साहिबान साडियां भैणां खास करके जिहड़े इक लंबे समें बाद आपां अज प्रोग्राम दिता काफ़ी समय बाद अज उही पुराने चेहरे वेखण नूं मिले ते बहुत खुशी भी हुई कि इन्नी गर्मी दे विच मैं पहलां ते माफ़ी चाहांगा कि प्रोग्राम 3:30 दा सी सिर्फ उह मंग पत्र दा करके ਜਿਹੜਾ ਆਪਾਂ 15-20 ਮਿੰਟ ਲੇਟ ਹੋਏ ਹਾਂ ਅਤੇ ਜਿਹੜੀ ਅੱਜ ਦੀ ਆਪਣੀ ਮੰਗ ਆ ਉਹਦੇ ਬਾਰੇ ਆਪਾਂ ਸਾਰੇ ਜਾਣਦੇ ਹਾਂ ਕਿ ਸਾਡੀ ਮੁੱਖ ਮੰਗ ਜਿਹਨੂੰ ਲੈ ਕੇ ਆਪਾਂ ਲਗਾਤਾਰ CPF ਕਰਮਚਾਰੀ ਯੂਨੀਅਨ ਦੇ ਝੰਡੇ ਹੇਠ ਲੜਦੇ ਆ ਰਹੇ ਹਾਂ ਮੈਂ ਦੱਸ ਦੇਵਾਂ ਕਿ CPF ਕਰਮਚਾਰੀ ਯੂਨੀਅਨ ਪੰਜਾਬ ਦੇ ਜਿੰਨੇ ਵੀ NSP ਦੇ ਮੁਲਾਜ਼ਮ ਹੈਗੇ ਆ ਚਾਹੇ ਉਹ ਦਫ਼ਤਰਾਂ ਦੇ ਵਿੱਚ ਆ ਚਾਹੇ ਉਹ ਦਰਜਾ 4 ਸਾਡੇ ਸਾਥੀ ਆ ਚਾਹੇ ਅਧਿਆਪਕ ਆ ਚਾਹੇ ਲੈਕਚਰਾਰ ਆ ਇੱਥੋਂ ਤੱਕ ਕਿ ਕੁਛ ਜ਼ਿਲ੍ਹਿਆਂ ਵਿੱਚ ਤਹਿਸੀਲਦਾਰ ਰੈਂਕ ਦੇ ਜਿਹੜੇ ਹੈਗੇ ਆ ਅਫਸਰ ਉਹ ਵੀ ਸਾਡੀ ਜਥੇਬੰਦੀ ਦਾ ਜਿਹੜਾ ਵਾ ਉਹ ਮੈਂਬਰ ਅਤੇ ਉਹ ਜਥੇਬੰਦੀ ਪਿਛਲੇ ਲਗਭਗ 6-7 ਸਾਲ ਤੋਂ ਲਗਾਤਾਰ ਇੱਕੋ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀ ਆ ਕਿ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਆ ਉਹਨੂੰ ਲਾਗੂ ਕੀਤਾ ਜਾਵੇ ਪਰੰਤੂ ਉਸ ਜਥੇਬੰਦੀ ਵਿੱਚ ਮੈਨੂੰ ਵੀ ਜਨਰਲ ਸਕੱਤਰ ਜ਼ਿਲ੍ਹੇ ਦਾ ਕਾਫ਼ੀ ਦੇਰ ਤੋਂ ਬਣਾਇਆ ਹੋਇਆ ਅਤੇ ਥੋੜ੍ਹਾ ਜਿਹਾ ਮਹਿਸੂਸ ਹੁੰਦਾ ਸੀ ਕਿ ਉਸ ਜਥੇਬੰਦੀ ਵਿੱਚ ਲਏ ਹੋਏ ਅਹੁਦੇ ਨਾਲ ਅਸੀਂ ਇਨਸਾਫ ਨਹੀਂ ਕਰ ਰਹੇ ਸਾਡੇ ਅਧਿਆਪਕ ਵਰਗ ਦੇ ਜਿੰਨੀ ਸਾਡੀ ਗਿਣਤੀ ਆ ਉਹ ਸਾਡੀ ਨਿਕਲ ਨਹੀਂ ਰਹੀ ਕਿਉਂਕਿ ਦੇਖੋ 2004 ਦੇ ਵਿੱਚ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਆ 1-4 ਨੂੰ ਲਾਗੂ ਹੋਈ ਉਸ ਤੋਂ ਬਾਅਦ ਜਿਹੜੀ ਸਭ ਤੋਂ ਵੱਡੀ ਭਰਤੀ ਹੋਈ ਉਹ ਸਾਡੀ ਜ਼ਿਲ੍ਹਾ ਪ੍ਰੀਸ਼ਦ ਅਧਿਆਪਕਾਂ ਦੀ ਸੀ 2006 ਵਿੱਚ ਜਿਹੜੀ ਹੋਈ ਉਸ ਤੋਂ ਬਾਅਦ ਸਾਡੇ BEd ਵਾਲੇ ਸਾਥੀ ਆਏ ਡਿਗਰੀ ਫੈਲੋ ਉਸ ਤੋਂ ਬਾਅਦ ਮਾਸਟਰ ਕਾਡਰ ਦੇ ਵੀ ਨਾਲ ਨਾਲ ਜਿਹੜੀਆਂ ਉਹ ਜੁਆਇਨਗਾ ਹੁੰਦੀਆਂ ਰਹੀਆਂ ਪਰੰਤੂ ਇੱਕ ਜਿਹੜਾ ਵੱਡਾ ਕਾਡਰ ਉਹ ਸਾਡਾ ਜ਼ਿਲ੍ਹਾ ਪ੍ਰੀਸ਼ਦ ਵਾਲਿਆਂ ਦਾ ਇਸ ਜਿਹੜੀ NSP ਦੀ ਜਿਹੜੀ ਮਾਰ ਆ ਉੱਤੇ ਸਭ ਤੋਂ ਪਹਿਲਾਂ ਜਿਹੜਾ ਵਾ ਇਹ ਇਹਨਾਂ 'ਤੇ ਉਹ ਲਾਗੂ ਹੋਇਆ।